ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਸਿਟੀ ਦੀ ਪੁਲਿਸ ਨੇ ਕੋਟਕਪੁਰਾ ਰੋਡ ਤੇ ਇੱਕ ਮਸਾਜ ਸੈਂਟਰ ਦੇ ਨਾਂ ਤੇ ਚੱਲ ਰਹੇ ਦੇਵਪਾਲ ਦੇ ਅੱਡੇ ਦਾ ਪਰਦਾਫਾਸ਼ ਕਰਦਿਆਂ ਇੱਕ ਨੌਜਵਾਨ ਸਣੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਮੁਤਾਬਕ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੋਟਕਪੁਰਾ ਰੋਡ ਤੇ ਮਸਾਜ ਸੈਂਟਰ ਦੇ ਨਾਮ ਤੇ ਦੇਵਪਾਲ ਦਾ ਧੰਦਾ ਚੱਲ ਰਿਹਾ ਹੈ, ਜਿਸ ਕਰਕੇ ਉਹਨਾਂ ਨੇ ਇੱਕ ਫਰਜ਼ੀ ਗਾਹਕ ਭੇਜ ਕੇ ਇਸ ਤੇ ਛਾਪੇਮਾਰੀ ਕੀਤੀ ਹੈ। ਥਾਣਾ ਮੁਖੀ ਤਜਿੰਦਰ ਸਿੰਘ ਬਰਾੜ ਨੇ ਦੱਸਿਆ ਹੈ ਕਿ ਮਸਾਜ ਸੈਂਟਰ ਦੂਸਰੇ ਰਾਜਾਂ 'ਚ ਬੈਠੀਆਂ ਲੜਕੀਆਂ ਵੱਲੋਂ ਚਲਾਇਆ ਜਾ ਰਿਹਾ ਸੀ। ਉਹਨਾਂ ਕਿਹਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ। ਸਾਨੂੰ ਪਤਾ ਲੱਗਿਆ ਸੀ ਵੀ ਜਿਹੜੇ ਕੁਝ ਮਸਾਜ ਸੈਂਟਰ ਜਿਹੜੇ ਚੱਲ ਰਹੇ ਨੇ ਵੱਖ ਵੱਖ ਨਾਵਾਂ 'ਤੇ, ਪਰ ਅੱਜ ਇਸ ਸੰਬੰਧੀ ਜਿਹੜਾ ਸਰਪ੍ਰਾਈਜ਼ ਚੈਕਿੰਗ ਕੀਤੀ ਤਾਂ ਜਿਹੜਾ ਕੋਟਕਪੁਰਾ ਰੋਡ 'ਤੇ MJ ਮਸਾਜ ਸੈਂਟਰ ਹੈ, ਅਤੇ ਜਿੱਥੇ ਜਿਹੜਾ ਅਸੀਂ ਮਤਲਬ ਸਾਨੂੰ ਇਨਫੋਰਮੇਸ਼ਨ ਸੀ ਪੂਰੀ ਤਰ੍ਹਾਂ ਚੈੱਕ ਕਰਕੇ ਉੱਥੇ ਫਰਜ਼ੀ ਗਾਹਕ ਬਣਾ ਕੇ ਭੇਜਿਆ ਗਿਆ, ਤਾਂ ਉੱਥੇ ਵਾਕਿਆ ਹੀ ਜਿਹੜਾ ਦੇਹ ਵਪਾਰ ਦਾ ਧੰਦਾ ਮਸਾਜ ਸੈਂਟਰ ਦੇ ਨਾਂ ਹੇਠ ਹੋ ਰਿਹਾ ਸੀਗਾ। ਅਤੇ ਇਸ ਸੰਬੰਧੀ ਅਸੀਂ 5 ਲੇਡੀਜ਼ ਨੂੰ, 1 ਮੇਲ ਮੈਂਬਰ ਨੂੰ ਉੱਥੋਂ ਸਮੇਤ ਜਿਹੜਾ ਅਸੀਂ ਭੇਜਿਆ ਫਰਜ਼ੀ ਗਾਹਕ ਹੈ ਉਹਦੇ ਨੋਟਸ ਅਤੇ ਹੋਰ ਜਿਹੜਾ ਜੋ ਜ਼ਰੂਰੀ ਸੀਮਨ ਵਗੈਰਾ ਉਹਦੇ ਸਮੇਤ ਬਰਾਮਦ ਕਰ ਲਿਆ। ਇਹਦੇ ਸੰਬੰਧੀ ਅਸੀਂ ਕਾਰਵਾਈ ਕੀਤੀ ਜਾ ਰਹੀ। ਔਰ ਇਹ ਇੱਥੇ ਵਰਣਨਯੋਗ ਹੈ ਵੀ ਇਹ ਜਿਹੜੀਆਂ ਲੇਡੀਜ਼ ਹੈ ਇਹ ਅਲੱਗ ਅਲੱਗ ਸਟੇਟਸ ਦੀਆਂ ਨੇ। ਦਿੱਲੀ ਤੋਂ ਹੈ ਲੜਕੀ ਜਿਹੜੀ ਇਹਨੂੰ ਮੈਨੇਜ ਕਰ ਰਹੀ ਹੈ, ਉਹ ਹੈ ਇੱਕ ਲੜਕੀ ਕੈਲਕਟਾ ਤੋਂ ਹੈ, ਇੱਕ ਹਿਸਾਰ, ਦੋ ਲੜਕੀਆਂ ਹਿਸਾਰ ਦੀਆਂ ਨੇ, ਇੱਕ ਬਠਿੰਡੇ ਤੋਂ ਹੈ। ਅਲੱਗ ਅਲੱਗ ਸਟੇਟਸ ਤੋਂ ਮਤਲਬ ਇਹ ਗਾਹਕਾਂ ਨੂੰ ਭਰਮਾ ਕੇ ਮਤਲਬ ਪਹਿਲਾਂ ਦਿਖਾ ਕੇ ਵੀ ਕਿਹਦੇ ਨਾਲ ਮਸਾਜ ਕਿਵੇਂ ਕੀ ਕਰਨਾ ਚਾਹੁੰਦਾ, ਇਹ ਸਾਰਾ ਸਿਸਟਮ ਇਹਨਾਂ ਨੇ ਗੋਰਖ ਧੰਦਾ ਚਲਾਇਆ ਹੋਇਆ ਸੀ। ਅੱਜ ਅਸੀਂ ਇਹਦਾ ਪਰਦਾਫਾਸ਼ ਕੀਤਾ। ਕਿੰਨੇ ਦੇਰ ਤੋਂ ਇੱਥੇ ਚੱਲ ਰਿਹਾ ਸੀ? ਇਹ ਰੀਸੈਂਟਲੀ ਥੋੜ੍ਹੇ ਜਿਹੇ ਦਿਨਾਂ ਤੋਂ ਹੀ ਆਇਆ ਤਕਰੀਬਨ, ਕਿਉਂਕਿ ਮਾਘੀ ਮੇਲਾ ਸੀ, ਇੱਥੇ ਨਵੇਂ ਸਾਲ ਦਾ ਫੰਕਸ਼ਨ ਚੱਲਦਾ ਰਿਹਾ, ਮਾਘੀ ਮੇਲਾ ਚੱਲਦਾ ਰਿਹਾ, ਉਦੋਂ ਇੱਥੇ ਕਾਫੀ ਪਬਲਿਕ ਗੈਦਰਿੰਗ ਹੁੰਦੀ ਹੈ। ਇਸ ਸਮੇਂ ਦੇ ਦੌਰਾਨ ਹੀ ਇਹਨਾਂ ਨੇ ਜਿਹੜਾ ਸ਼ੁਰੂ ਕੀਤਾ, ਕੋਈ ਬਹੁਤ ਜ਼ਿਆਦਾ ਲੰਮਾ ਸਮਾਂ ਨਹੀਂ ਇਹਨਾਂ ਨੂੰ ਹੋਇਆ ਇੱਥੇ ਸ਼ੁਰੂ ਕੀਤੇ। FIR ਵਗੈਰਾ ਦਰਜ ਹੋਇਆ ਰਿਕਾਰਡ ਦੇ ਵਿੱਚ? ਬਿਲਕੁਲ ਜੀ, ਪਰਚਾ ਦਰਜ ਹੋ ਰਿਹਾ ਇਹਦੇ 'ਤੇ। ਆਈ ਥਿੰਕ 32 ਨੰਬਰ FIR ਇਹਦੇ ਸੰਬੰਧੀ ਦਰਜ ਕੀਤੀ ਜਾ ਰਹੀ ਹੈ, ਇਮੋਰਲ ਟ੍ਰੈਫਿਕ ਐਕਟ ਦੇ ਤਹਿਤ। ਨਹੀਂ, ਇਸ ਤੋਂ ਪਹਿਲਾਂ ਕੋਈ ਬਦਕਾਰੀ ਐਕਟ ਦਾ ਇਹੋ ਜਿਹਾ ਸਿੱਧੇ ਤੌਰ 'ਤੇ ਸਾਹਮਣੇ ਨਹੀਂ ਆਇਆ। ਸਰ, ਇੱਕ ਅਕਸਰ ਹੀ ਦੇਖਿਆ ਜਾਂਦਾ ਅਜਿਹੇ ਧੰਦਿਆਂ ਦੇ ਵਿੱਚ ਜੋ ਅਪਰਾਧੀ ਹੁੰਦੇ ਆ ਬੜੀ ਜਲਦੀ ਜ਼ਮਾਨਤ ਲੈ ਕੇ ਬਾਹਰ ਆ ਜਾਂਦੇ ਆ, ਪੁਲਿਸ ਬੜੇ ਕਮਜ਼ੋਰ ਐਕਟ ਲਾਉਂਦੀ ਹੈ, ਕੀ ਇਸ ਵਾਰ ਵੀ 109 ਜਾਂ ਕੋਈ ਇਹੋ ਜਿਹੇ ਐਕਟ ਲਏ ਗਏ? ਨਹੀਂ ਜੀ, ਕਾਰਵਾਈ ਵੀ ਕੀਤੀ ਗਈ? ਨਹੀਂ ਜੀ, ਨਹੀਂ, ਐਸੀ ਕੋਈ ਗੱਲ ਨਹੀਂ। 109 ਸਿਰਫ ਲਵਾਰਸ ਹਾਲਤ ਦੇ ਵਿੱਚ ਰਾਤ ਸਮੇਂ ਸ਼ੱਕੀ ਹਾਲਤ 'ਚ ਫੜਨ ਵੇਲੇ ਦਰਜ ਕੀਤੀ ਜਾਂਦੀ, ਪ੍ਰੀਵੈਂਟਿਵ ਮਈਅਰ ਆ, ਜਦਕਿ ਲੋਕਲ ਐਂਡ ਸਪੈਸ਼ਲ ਲਾ ਦੇ ਤਹਿਤ ਇਮੋਰਲ ਟ੍ਰੈਫਿਕ ਐਕਟ ਹੈਗਾ 2006 ਦੀ ਨਵੀਂ ਅਮੈਂਡਮੈਂਟ ਦੇ ਤਹਿਤ, ਉਹਦੇ ਵਿੱਚ ਉਹਦੇ 'ਤੇ ਪਰਤਾ ਦਰਜ ਕੀਤਾ ਜਾ ਰਿਹਾ। ਸਰ, ਮੁਕਤਸਰ ਤੋਂ ਵੀ ਸਪਾ ਸੈਂਟਰ ਚਲਾ ਰਿਹਾ ਸੀ ਕੋਈ ਜਾਂ ਕੋਈ ਬਾਹਰ ਤੋਂ? ਨਹੀਂ ਨਹੀਂ ਜੀ, ਇਹ ਬਾਹਰ ਤੋਂ ਹੈ। ਐਕਚੁਲੀ ਲੜਕੀ ਜਿਹੜੀ ਮੇਨ ਇਹਨਾਂ ਦੀ ਹੈਗੀ ਹੈ ਇੰਚਾਰਜ, ਉਹ ਦਿੱਲੀ ਤੋਂ ਹੈ। ਠੀਕ ਹੈ ਜੀ, ਥੈਂਕ ਯੂ ਸਰ। ਸ੍ਰੀ ਮੁਕਤਸਰ ਸਾਹਿਬ ਤੋਂ ਸੋਨੂੰ ਖੇੜਾ ਦੀ ਰਿਪੋਰਟ, ਪੰਜਾਬ ਟੂਡੇ।